ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਤੁਸੀਂ ਗਏ ਸੀ ਮਤਲਬ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਵੀ ਜਾ ਕੇ ਆਏ ਹੋ ਜਾਂ ਹੁਣ ਦਿੱਲੀ ਹੋਈ ਹੋ? 5 ਤਰੀਕ ਨੂੰ ਜੀ ਡਿਬਰੂਗੜ੍ਹ ਮੇਰੀ ਮੁਲਾਕਾਤ ਸੀ ਪਹਿਲੇ ਫਿਕਸ ਸੀ ਜੀ। ਫਿਰ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਬਾਰੇ ਕੋਈ ਗੱਲ ਚੱਲੀ ਜੀ ਅੱਗੇ? ਹਾਂ ਜੀ ਪੂਰੀ ਚੱਲ ਰਹੀ ਹੈ ਔਰ ਮੇਰਾ ਖਿਆਲ ਹੈ ਬਈ ਜੂਨ ਮਹੀਨਾ ਨਹੀਂ ਕਰਦਾ, ਜੂਨ ਮਹੀਨੇ ਚ ਭਾਈ ਸਾਹਿਬ ਦੀ ਰਿਹਾਈ ਹੋ ਜਾਣੀ ਹੈ ਜੀ। ਜੀ ਕੋਈ ਕਾਨੂੰਨੀ ਅੜਚਣ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਤਾਂ ਨਹੀਂ ਲੱਗਦਾ? ਕਾਨੂੰਨੀ ਅੜਚਣ ਇਹਦੀ ਕਦੀ ਹੁੰਦੀ ਹੈ ਸਰ, ਦੋ ਲਾਈਨਾਂ ਲਿਖਣੀਆਂ ਨੇ ਅੰਮ੍ਰਿਤਸਰ ਦੇ ਡੀਸੀ ਨੇ ਜੀ, ਮੈਂ ਹੁਣ ਸੈਟਿਸਫਾਈ ਹਾਂ ਸੰਤੁਸ਼ਟ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਤੋਂ ਇਹ ਅਮਨ ਕਾਨੂੰਨ ਦੀ ਸਥਿਤੀ ਨੂੰ ਕੋਈ ਖਤਰਾ ਨਹੀਂ, ਇਹਦੇ ਲਈ NSA ਰੱਦ ਕੀਤਾ ਜਾਂਦਾ, ਉਹ ਮੁੱਖ ਮੰਤਰੀ ਦੇ ਕਹਿਣ ਤੇ ਲਿਖਣੀ ਹੈ। ਡੀਸੀ ਨੇ ਅੱਗੇ ਜਿਹੜੀ ਹੈ ਉਹ ਕਮਿਸ਼ਨਰ ਨੂੰ ਭੇਜ ਦੇਣੀ ਹੈ, ਕਮਿਸ਼ਨਰ ਨੇ ਹੋਮ ਸੈਕਟਰੀ ਨੂੰ ਭੇਜ ਦੇਣੀ ਹੈ, ਹੋਮ ਸੈਕਟਰੀ ਨੇ ਚੀਫ ਸੈਕਟਰੀ ਨੂੰ ਭੇਜ ਦੇਣੀ ਹੈ, ਚੀਫ ਸੈਕਟਰੀ ਨੇ ਅੱਗੇ ਚੀਫ ਮਿਨਿਸਟਰ ਨੂੰ। ਇਹ ਤਾਂ ਹੁਣ ਈਮੇਲ ਤੇ ਹੁੰਦਾ, ਇਹ ਤਾਂ ਸਾਰਾ ਕੰਮ ਅੱਧੇ ਘੰਟੇ 'ਚ ਹੋ ਜਾਂਦਾ। ਨਹੀਂ ਅੱਧੇ ਘੰਟੇ 'ਚ ਤਾਂ ਹੋ ਜਾਂਦਾ ਜੀ, ਮੰਨਦੇ ਹਾਂ ਤੁਹਾਡੀ ਗੱਲ ਨੂੰ, ਪਰ ਜਿਸ ਤਰ੍ਹਾਂ ਹੁਣ 5 ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਨੀ ਚੋਣ ਹੋਣੀ ਹੈ, ਇਹਨਾਂ ਹਾਲਾਤਾਂ 'ਚ ਕੀ ਮੁੱਖ ਮੰਤਰੀ ਸਾਹਿਬ ਚਾਹੁਣਗੇ ਵੀ ਉਹ ਬਾਹਰ ਆ ਜਾਣ? ਦੇਖੋ ਗੱਲ ਉਸ ਦੇ ਵਿੱਚ ਮਤਲਬ ਸਰਦਾਰ ਸਾਹਿਬ ਇਹ ਹੈ ਬਈ ਦੋ ਸਰਕਾਰਾਂ ਨੇ, ਇੱਕ ਆਪ ਸਰਕਾਰ ਹੈ ਜਿਹੜੀ ਪੰਜਾਬ ਦੀ, ਇੱਕ ਜਿਹੜੀ ਭਾਜਪਾ ਸਰਕਾਰ ਜਿਹੜੀ ਹੁਣ ਹੈ ਮੋਦੀ ਦੀ ਜੀ। ਤੇ ਇਹ ਜੇ ਭਗਵੰਤ ਮਾਨ ਦਾ ਇਕੱਲੇ ਦਾ ਹੀ ਹੁੰਦਾ ਤੇ ਇਕੱਲਾ ਤਾਂ ਇਹ ਪੰਜਾਬ 'ਚ ਰੱਖ ਸਕਦਾ ਸੀ, ਡਿਬਰੂਗੜ੍ਹ ਨਹੀਂ ਭੇਜ ਸਕਦਾ ਸੀ ਜੀ। ਡਿਬਰੂਗੜ੍ਹ ਕਿ ਭਾਜਪਾ ਦੀ ਸਾਜਵਾਜ ਸੀ ਜਾਂ ਭਾਜਪਾ ਦੇ ਪ੍ਰਭਾਵ ਥੱਲੇ ਸੀ, ਪ੍ਰਭਾਵ ਥੱਲੇ ਤਾਂ ਇਹ ਜਾਣ ਕੇ ਆਇਆ ਹੁਣ ਹੈ, ਤੇ ਉਹਨਾਂ ਨੇ ਕਿਉਂਕਿ ਡਿਬਰੂਗੜ੍ਹ ਅਸਾਮ 'ਚ ਉਹਨਾਂ ਦੀ ਸਰਕਾਰ ਹੈ, ਉਹ ਸੈਂਟਰ ਨੇ ਉੱਥੇ ਡਿਬਰੂਗੜ੍ਹ ਤੋਂ ਕੰਸੈਂਟ ਦਵਾਤੀ, ਲਿਖ ਕੇ ਦੇਣਾ ਪੈਂਦਾ ਵੀ ਇਹਨੂੰ ਭੇਜ ਦਿਓ ਉੱਥੇ ਡਿਬਰੂਗੜ੍ਹ ਜੀ। ਤੇ ਹੁਣ 13-0 ਕਰਦੇ ਸੀ, ਇਹਨਾਂ 3 ਸੀਟਾਂ ਜਿੱਤੀਆਂ ਨੇ ਆਪ ਨੇ ਜੀ। ਸੋ ਆਪ ਜਿਹੜੀ ਹੈ ਨੈਤਿਕ ਤੌਰ ਤੇ ਹਾਰ ਗਈ, ਬੜੀ ਵੱਡੀ ਹਾਰ ਗਈ। ਉੱਧਰ ਜਿਹੜੀ ਭਾਜਪਾ ਹੈ ਉਹਦਾ ਖਾਤਾ ਨਹੀਂ ਖੁੱਲਿਆ ਜੀ। ਤੇ ਜਿੱਥੇ ਵੀ ਇਹ ਹਾਰ ਹੁੰਦੀ ਰਹੀ ਅੱਜ ਤੱਕ, ਜਦ ਦੀਆਂ ਚੋਣਾਂ ਹੋਣ ਲੱਗੀਆਂ ਨੇ, ਸਿਰਫ ਇਹ 47 ਤੋਂ ਬਾਅਦ ਨਹੀਂ, 1935 'ਚ ਜਿਹੜਾ ਸੀਗਾ ਜਦੋਂ ਇਹ ਆਜ਼ਾਦ ਵੀ ਨਹੀਂ ਹੋਇਆ ਸੀ, ਉਦੋਂ ਅੰਗਰੇਜ਼ਾਂ ਨੇ ਪਾਰਲੀਮੈਂਟ ਦੀ ਚੋਣ ਕਰਾਈ ਸੀ ਜੀ। ਤੇ ਜਿਹੜਾ ਗਿਰਦਾ ਰਿਹਾ ਤੇ ਜਿਹਨੂੰ ਇਹ NSA 'ਚ ਜਾਂ ਉਦੋਂ ਪ੍ਰਿਵੈਂਟਿਵ ਡਿਟੈਂਸ਼ਨ ਦਾ ਹੋਰ ਨਾਂ ਹੁੰਦਾ ਸੀ, ਇਹ ਸਾਰਿਆਂ ਦੇ ਵਿੱਚ ਡਿਫੈਂਸ ਆਫ ਇੰਡੀਆ ਰੂਲ ਹੁੰਦਾ ਸੀ ਜੀ। ਇਹ ਉਹਦੇ ਜਿਹਨੂੰ ਗ੍ਰਿਫਤਾਰ ਕਰਦੇ ਸੀ ਇਹ ਛੱਡਦੇ ਰਹੇ ਨੇ ਜੀ। ਤੇ ਕਿਉਂਕਿ ਲੋਕਾਂ ਦਾ ਫਤਵਾ ਆ ਗਿਆ, ਜਨ ਆਦੇਸ਼ ਹੋ ਗਿਆ, ਜਿਹੜਾ ਸੁਪਰੀਮ ਕੋਰਟ ਦੇ ਹੁਕਮ ਤੋਂ ਵੀ ਉੱਤੋਂ ਦੀ ਹੈ ਜੀ। ਤੇ ਸੁਪਰੀਮ ਕੋਰਟ ਨੇ ਕਈ ਫੈਸਲੇ ਕਿਹਾ ਵੀ ਜਿੱਥੇ ਜਨ ਆਦੇਸ਼ ਹੋ ਜਾਂਦਾ ਉੱਥੇ ਸਰਕਾਰ ਨੂੰ 1 ਮਿੰਟ ਸੋਚਣਾ ਨਹੀਂ ਚਾਹੀਦਾ, ਕਿਉਂਕਿ ਉਹ ਸਾਡੇ ਫੈਸਲੇ ਤੋਂ ਵੀ ਵੱਡਾ ਹੈ ਜੀ। ਲੋਕ ਰਾਜ ਦੇ ਵਿੱਚ ਜਿਹੜਾ ਲੋਕਾਂ ਦਾ ਫੈਸਲਾ ਹੁੰਦਾ ਹੈ ਜੀ। ਸੋ ਭਾਵੇਂ ਕੋਈ ਬਾਈ ਇਲੈਕਸ਼ਨ ਹੋਣੀ ਹੋਵੇ, ਜਦੋਂ ਨੈਤਿਕ ਤੌਰ ਤੇ ਬੁਰੀ ਤਰ੍ਹਾਂ ਹਾਰ ਗਈ ਆਪ ਸਰਕਾਰ ਵੀ ਜਿਹੜੀ ਹੈਗੀ ਹੈ, ਉਹ ਭਾਵੇਂ ਕੋਈ ਬਾਈ ਇਲੈਕਸ਼ਨ ਹੋਵੇ ਰੱਖ ਨਹੀਂ ਸਕਦੀ, ਭਾਜਪਾ ਵੀ ਜਿਹੜੀ ਹੈ ਤੇ ਹੁਣ ਭਾਜਪਾ ਪਹਿਲਾਂ ਫੈਸਲਾ ਲੈਂਦੀ ਹੈ ਕਿ ਆਪ ਸਰਕਾਰ ਪਹਿਲਾਂ ਫੈਸਲਾ ਲੈਂਦੀ ਹੈ, ਦੇਖਣ ਵਾਲੀ ਗੱਲ ਇਹ ਹੈ। ਤੁਸੀਂ ਹੁਣ ਕੀ ਸਮਝਦੇ ਹੋ ਵੀ ਇਹ ਜਿਹੜੀ ਰਿਹਾਈ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ, ਇਹ ਪੰਜਾਬ ਸਰਕਾਰ ਕਰ ਸਕਦੀ ਹੈ ਜਾਂ ਸੈਂਟਰ ਸਰਕਾਰ ਕਰ ਸਕਦੀ ਹੈ? ਨਹੀਂ ਨਹੀਂ ਕਰ ਤਾਂ ਇਹ ਲਾਏ ਪੰਜਾਬ ਸਰਕਾਰ ਨੇ, ਕਾਨੂੰਨੀ ਤੌਰ ਤੇ ਤਾਂ ਸੈਂਟਰ ਲਾਈ ਨਹੀਂ ਸਕਦੀ NSA ਕਿਸੇ ਹੋਰ ਸਟੇਟ 'ਚ ਜੀ। NSA ਜਿਹੜਾ ਹੈਗਾ ਲਾ ਐਂਡ ਆਰਡਰ ਜਿਹੜਾ ਹੈ ਉਹ ਸਟੇਟ ਦਾ ਸਬਜੈਕਟ ਹੈ ਜੀ। ਹਾਂ ਇਹ ਸਿਰਫ ਤੇ ਸਿਰਫ ਜਿਹੜਾ ਹੈਗਾ ਆਪ ਸਰਕਾਰ ਨੇ ਲਾਇਆ DC ਅੰਮ੍ਰਿਤਸਰ, DC ਅੰਮ੍ਰਿਤਸਰ ਨੇ ਲਿਖਤ ਆਰਡਰ ਪਹੁੰਚਿਆ ਹੋਇਆ ਜੇਲ੍ਹ 'ਚ, ਮੈਂ ਰੋਜ਼ ਪੜ੍ਹਦਾ ਜੀ ਜੀ। ਤੇ ਉਹ ਅੰਮ੍ਰਿਤਸਰ ਨੇ ਲਾਤਾ ਉਹਨੂੰ, ਇਹਨਾਂ ਨੇ ਮਨਜ਼ੂਰੀ ਦੇ ਦਿੱਤੀ ਜੀ। ਉਹ DC ਨੇ ਤਾਂ ਇਹਨਾਂ ਦੇ ਕਹਿਣ ਤੇ ਲਾਉਣਾ ਹੁੰਦਾ ਨਾ
ਉਹ ਡੀਸੀ ਨੇ ਤਾਂ ਚੀਫ ਮਿਨਿਸਟਰ ਦੇ ਕਹਿਣ ਤੇ ਲਾਉਣੇ ਨੇ ਸੀ। ਜੇ ਪੰਜਾਬ ਦਾ ਸੀਐਮ ਨਹੀਂ ਚਾਹੁੰਦਾ ਹੈਗਾ ਤਾਂ ਫਿਰ ਕੀ ਮਤਲਬ ਸੈਂਟਰ ਸਰਕਾਰ ਇਹਦੇ ਵਿੱਚ ਦਖਲ ਨਾ ਜੀ ਵੀ ਕਰ ਸਕਦੀ ਹੈ ਕੋਈ ਵੀ? ਸੈਂਟਰ ਸਰਕਾਰ ਤਾਂ ਜੀ ਅੱਧੇ ਮਿੰਟ ਚ ਉਹਨੂੰ ਰਿਹਾ ਕਰ ਸਕਦੀ ਹੈ। ਡਿਬਰੂਗੜ੍ਹ ਜੇਲ੍ਹ ਚੋਂ ਕਿਵੇਂ ਬੈਠਾ ਜੀ? ਡਿਬਰੂਗੜ੍ਹ ਜੇਲ੍ਹ ਚ ਪੰਜਾਬ ਦਾ ਮੁੱਖ ਮੰਤਰੀ ਜ਼ਬਰਦਸਤੀ ਤਾਂ ਨਹੀਂ ਰੱਖ ਸਕਦਾ, ਅਸਾਮ ਸਰਕਾਰ ਦੀ ਮਰਜ਼ੀ ਨਾਲ ਰੱਖ ਸਕਦਾ ਜੀ। ਤੇ ਅਸਾਮ ਚ ਬੀਜੇਪੀ ਦੀ ਸਰਕਾਰ ਹੈ ਹੇਮੰਤ ਸ਼ਰਮਾ ਦੀ ਜੀ, ਤੇ ਉਹ ਜੇ ਸੈਂਟਰ ਜੇ ਕਹੂਗਾ ਇਸ ਨੂੰ ਮੋਦੀ ਅਮਿਤ ਸ਼ਾਹ ਕਹਿਣਗੇ ਫੇਰ ਉਹ ਰੱਖੂਗਾ, ਉਹ ਕਹੇ ਮੈਂ ਤਾਂ ਜੀ ਮੈਂ ਤਾਂ ਰੱਖਣਾ ਨੀ ਇੱਥੇ ਮੈਂ ਰਿਹਾ ਕਰਦਾ, ਇਹਨਾਂ ਨੂੰ ਤਾਂ ਪੁੱਛਣ ਦੀ ਲੋੜ ਹੀ ਨੀ ਜੀ। ਜਿਹੜੀ ਭਗਵੰਤ ਮਾਨ ਸਰਕਾਰ ਹੈ ਇਹ ਤੋਂ ਪੁੱਛਣ ਦੀ ਲੋੜ ਹੀ ਨਹੀਂ, ਉਹ ਕਹੂ ਮੈਂ ਇਸ ਨੂੰ ਰੱਦ ਕਰਨਾ ਇਹਦੇ ਲਈ ਜਾਓ ਮੈਂ ਰਿਹਾ ਕਰਤਾ, ਇਹ ਕੀ ਕਰਨਗੇ ਜੀ? ਜੀ ਜੀ ਹਾਂ, ਇਹਨਾਂ ਨੂੰ ਤਾਂ ਹੁਣ ਖਤਰਾ ਇਹ ਹੈ ਨਾ ਵੀ ਸਾਡੇ ਨਾਲੋਂ ਨੰਬਰ ਵੱਧ ਉਹ ਨਾ ਲੈ ਜਾਣ ਜੀ। ਉਹ ਇਹਨਾਂ ਨੂੰ ਇੱਥੇ ਭੇਜ ਦੇਣਗੇ, ਇੱਥੇ ਫਿਰ 1200 ਰਜਿਸਟਰ ਨੇ, ਉਹਨਾਂ ਚੋਂ ਫੜਨ ਦੀ ਹਿੰਮਤ ਨੀ ਰੱਖਦਾ, ਪੰਜਾਬ ਦੀ ਜੇਲ੍ਹ ਚ ਬੰਦ ਰੱਖਣ ਦੀ ਹਿੰਮਤ ਨੀ ਰੱਖਦਾ, ਕਿਸੇ ਕੇਸ ਚ ਗ੍ਰਿਫਤਾਰੀ ਕਰਨ ਦੀ ਹਿੰਮਤ ਨੀ ਕਰਦਾ, ਉਹ ਤਾਂ ਫਸ ਗਿਆ ਜੀ। ਹਾਂ ਉਹ ਤਾਂ ਫਿਰ ਪਹਿਲੀ ਰੱਖ ਲੈਂਦਾ ਜੀ ਇਸੀ ਰੱਖਣਾ। ਹਾਂਜੀ 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 ਹਾਂਜੀ, ਇਹਦੇ ਚ ਮਤਲਬ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋਗੇ ਫਿਰ ਤੁਹਾਡੀ ਕਿਸੇ ਸੈਂਟਰ ਦੇ ਵਿੱਚ ਕਿਸੇ ਨਾਲ ਗੱਲਬਾਤ ਚੱਲੀ ਹੈਗੀ ਇਸ ਬਾਰੇ, ਕੋਈ ਗੱਲ ਹੋਈ ਹੈ ਵੀ ਜੇ ਨਹੀਂ ਗੱਲਬਾਤ? ਗੱਲਬਾਤ ਮੇਰੀ ਚੱਲਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ ਜੀ, ਮੈਂ ਆਪਦੀ ਗੱਲ ਕਿਉਂ ਕਰੀਏ, ਪਰੰਤੂ ਉਹ ਗੱਲ ਜਿਹੜੇ ਆ ਉਹ ਕਰ ਰਹੇ ਨੇ, ਉਹ ਆਪੇ ਕਰ ਰਹੇ ਨੇ, ਸਾਡੇ ਕਰਨ ਦੀ ਲੋੜ ਹੀ ਨਹੀਂ ਜੀ। ਹਾਂ ਗੱਲਬਾਤ ਤਾਂ ਜਿਹੜੀ ਆ ਉਹ ਆਪੇ ਹੀ ਚੱਲ ਜਾਂਦੀ, ਸਰਕਾਰੀ ਪੱਧਰ ਤੇ ਚੱਲ ਰਹੀ ਹੈ ਗੱਲਬਾਤ ਇਹ। ਹਾਂ ਸਰਕਾਰੀ ਪੱਧਰ ਤੇ, ਕੋਈ ਸਿਆਸਤਦਾਨਾਂ ਦੀ ਨਹੀਂ ਚੱਲ ਰਹੀ, ਉਹ ਜਿਹੜੇ ਮਤਲਬ ਜਿਹੜੇ ਅਫਸਰ ਨੇ ਜਿਹਨਾਂ ਦੀ ਇਹ ਡਿਊਟੀ ਹੁੰਦੀ ਆ ਉਹ ਤਾਂ ਗੱਲਬਾਤ ਜਾਰੀ ਰੱਖਦੇ ਆ। ਜਿਵੇਂ ਹੁਣ ਮਤਲਬ ਗ੍ਰਿਫਤਾਰੀ ਹੈ ਜਿਹੜੀ, ਗ੍ਰਿਫਤਾਰੀ ਦਾ ਮਤਲਬ ਆਪਾਂ ਮੰਨਦੇ ਹਾਂ ਨਾ, ਗ੍ਰਿਫਤਾਰੀ ਤਾਂ ਇਹ ਰਾਜਸੀ ਗ੍ਰਿਫਤਾਰੀ ਹੋਈ ਇੱਕ ਤਰ੍ਹਾਂ ਦਾ, ਇਹਨੂੰ ਮੰਨਿਆ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਦਾ ਕੋਈ ਵੀ ਉਹਨਾਂ ਨੇ ਐਕਟ ਤਾਂ ਕੀਤਾ ਨੀ ਜਿਹਦੇ 3 NSA ਲੱਗ ਜੇ, ਤੇ ਇਹਨਾਂ ਦੀ ਗ੍ਰਿਫਤਾਰੀ ਤਾਂ ਅਸੀਂ ਰਾਜਸੀ ਗ੍ਰਿਫਤਾਰੀ ਮੰਨ ਸਕਦੇ ਹਾਂ ਜਿਹੜੀ ਉਹਨਾਂ ਦੀ ਮਤਲਬ ਇਹ ਅਰੈਸਟ ਹੈਗੀ। ਦੇਖੋ ਜੀ ਰਾਜਸੀ ਵੀ ਨਹੀਂ ਤਾਂ ਬੇਈਮਾਨੀ ਦੀ ਗ੍ਰਿਫਤਾਰੀ ਹੈ, ਕਮੀਨ ਜੀ ਦੀ ਹੱਦ ਹੈ ਵੀ ਦੱਸੋ ਅੰਮ੍ਰਿਤ ਛਕਾ ਰਹੇ ਨੇ ਉਹ, ਚਾਹੇ ਉਹ ਨਸ਼ਾ ਮੁਕਤ ਕਰ ਰਹੇ ਨੇ ਪੰਜਾਬ ਨੂੰ, ਤੇ ਇਹਨਾਂ ਨੇ ਜਾ ਕੇ ਕਹਿਤਾ ਜੀ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਹੈ, ਅਮਨ ਕਾਨੂੰਨ ਦੀ ਸਥਿਤੀ ਨੂੰ ਕਿੱਥੋਂ ਖਤਰਾ ਹੋ ਗਿਆ, ਕੋਈ ਕਿਸੇ ਦੇ ਡੰਡਾ ਨੀ ਮਾਰਿਆ, ਕਿਸੇ ਨੂੰ ਕਿਹਾ ਨੀ, ਕਿਸੇ ਨੂੰ ਕੋਈ ਰੌਲਾ ਨੀ, ਕੋਈ ਰੱਪਾ ਨੀ, ਹਿੰਦੂ ਸਿੱਖ ਪਾੜਾ ਵੱਧ ਹੈ ਤੇ ਹਿੰਦੂਆਂ ਦੇ ਖਿਲਾਫ਼ ਕਦੋਂ ਕਿਹਾ, ਨਾ ਕੋਈ ਹਿੰਦੂ ਸਿੱਖ ਪਾੜੇ ਦੀ ਗੱਲ ਕਹੀ ਹੈ, ਨਾ ਕੋਈ ਪਾੜਾ ਹੋਇਆ, ਇਹ ਤਾਂ ਇੱਕ ਬਨਾਵਟੀ ਫਰਜ਼ੀ ਤੇ ਝੂਠੀ ਗੱਲ ਹੈ ਜਿਹੜੀ ਬਣਾਈ ਸੀ ਜੀ, ਉਹ ਆਪਦੇ ਮੁਫਾਦ ਲਈ ਬਣਾਈ ਸੀ ਜੀ ਵੀ ਸਾਨੂੰ ਖਤਰਾ ਇਹਨਾਂ ਤੋਂ। ਚਲੋ ਜੀ ਅਖੀਰ ਦੇ ਵਿੱਚ ਆਪਾਂ ਇੰਨਾ ਕੁ ਮੈਂ ਚਾਹੁੰਦਾ ਵੀ ਸਾਡੇ ਸਰੋਤਿਆਂ ਨੂੰ ਬਰੀਫ ਕਰ ਦਿਓ ਵੀ ਕਦੋਂ ਤੱਕ ਗ੍ਰਿਫਤਾਰੀ ਹੈ ਜਿਹੜੀ ਉਹਨਾਂ ਦੀ ਮਤਲਬ ਉਹਨਾਂ ਦੀ ਰਿਹਾਈ ਹੈ ਜਿਹੜੀ ਉਹ ਹੋ ਸਕਦੀ ਹੈ, ਕਿ ਕਦੋਂ ਤੱਕ ਉਹਨਾਂ ਨੂੰ ਛੱਡਿਆ ਜਾ ਸਕਦਾ ਹੈਗਾ? ਦੇਖੋ ਮੇਰਾ ਦ੍ਰਿੜ ਵਿਸ਼ਵਾਸ ਹੈ ਤਜਰਬੇ ਤੋਂ, ਜੋਤਸ਼ੀ ਤਾਂ ਮੈਂ ਹੈ ਨਹੀਂ, ਪਰੰਤੂ ਮੇਰਾ ਦ੍ਰਿੜ ਵਿਸ਼ਵਾਸ ਹੈ ਵੀ ਜੂਨ ਮਹੀਨਾ ਨਹੀਂ ਟੱਪਦਾ, ਜੂਨ ਮਹੀਨੇ ਦੇ ਅੰਦਰ ਅੰਦਰ ਭਾਈ ਸਾਹਿਬ ਦੀ ਰਿਹਾਈ ਹੋ ਜੀ ਜੀ। ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਲਈ। ਮਿਹਰਬਾਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।